ਸੁਣੋ 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 ਇੱਕ ਮਿੰਟ ਸੁਣੋ ਜਦੋਂ ਕੋਈ ਸ਼ੌਂਕ ਤੁਹਾਡਾ ਕਿਸੇ ਦੀ ਜਾਨ ਲੈਣ ਲਈ ਮਜਬੂਰ ਹੋ ਜਾਵੇ ਨਾ ਫਿਰ ਉਹ ਸ਼ੌਂਕ ਨਹੀਂ ਮਰਡਰ ਹੋ ਜਾਂਦਾ ਔਰ ਨਾ ਜਾਣੇ ਦੁਨੀਆ ਰੋਜ਼ ਕਿੰਨੇ ਹੀ ਮਰਡਰ ਕਰ ਰਹੀ ਹੈ ਆ ਜਿਹੜਾ ਸਕਰੀਨ ਦੇ ਉੱਪਰ ਤੁਸੀਂ ਬੱਚਾ ਚੱਲਦਾ ਦੇਖ ਰਹੇ ਹੋ ਉਸ ਘਰ ਦਾ ਚਿਰਾਗ ਬੁੱਝ ਚੁੱਕਾ ਕਿਵੇਂ ਚਾਈਨਾ ਡੋਰ ਦੇ ਨਾਲ ਕੱਲ ਮੈਂ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਚਾਈਨਾ ਡੋਰ ਦਾ ਵਿਰੋਧ ਕੀਤਾ ਲੋਕਾਂ ਨੂੰ ਅਪੀਲ ਕੀਤੀ ਯੰਗਸਟਰਸ ਨੂੰ ਅਪੀਲ ਕੀਤੀ ਬਹੁਤ ਵੀਰਾਂ ਦੇ ਥੱਲੇ ਮੈਸੇਜ ਵੀ ਆਏ ਕਿ ਵੀਰੇ ਅਸੀਂ ਪ੍ਰੋਮਿਸ ਕਰਦੇ ਹਾਂ ਅੱਜ ਤੋਂ ਬਾਅਦ ਡੋਰ ਯੂਜ਼ ਨਹੀਂ ਕਰਾਂਗੇ ਚਲੋ ਕਰਨੀ ਨਾ ਕਰਨੀ ਸਾਡਾ ਕੰਮ ਹੈ ਅਵੇਅਰ ਕਰਨਾ ਹਨਾ ਕਰਮ ਤਾਂ ਆਪਣੇ ਆਪਣੇ ਹੀ ਨੇ ਭਾਵੇਂ ਉਹ ਛੋਟਾ ਬੱਚਾ ਹੋਵੇ ਛੋਟੇ ਬੱਚੇ ਨੂੰ ਸਮਝ ਤਾਂ ਆਉਂਦੀ ਹੈ ਨਾ ਜਾਂ ਉਹਨਾਂ ਦੇ ਮਾਂ ਬਾਪ ਫੜ ਕੇ ਸਮਝਾ ਸਕਦੇ ਨੇ ਨਾ ਕਿ ਬੇਟੇ ਆ ਡੋਰ ਨਾਲ ਪੰਛੀਆਂ ਦੀ ਲੋਕਾਂ ਦੀ ਜਾਨ ਜਾਂਦੀ ਹੈ ਮੈਨੂੰ ਨੀ ਲੱਗਦਾ ਕਿ ਬੱਚਾ ਇੰਨਾ ਨਿਰਦਈ ਹੋਊਗਾ ਕਿ ਉਹ ਫਿਰ ਵੀ ਯੂਜ਼ ਕਰੂਗਾ ਜੇ ਕਰੂਗਾ ਵੀ ਤਾਂ ਰੋਣ ਦਿਓ ਕੋਈ ਮਾਂ ਆਪਣੇ ਬੱਚੇ ਨੂੰ ਖੂਹ ਚ ਤਾਂ ਛਾਣ ਮਾਰਨ ਨਹੀਂ ਦਿੰਦੀ ਕਿ ਹਾਂ ਭਾਈ ਮੇਰਾ ਬੱਚਾ ਖੂਹ ਚ ਛਾਲ ਮਾਰਨ ਦੀ ਜਿੱਦ ਕਰ ਰਿਹਾ ਉਦੋਂ ਕਿਉਂ ਫਿਰ ਆਪਾਂ ਨਹੀਂ ਮਾਰਨ ਦਿੰਦੇ ਚਾਈਨਾ ਡੋਰ ਬੰਦ ਕਰੋ ਬਹੁਤ ਲੋਕਾਂ ਦੇ ਘਰ ਦੇ ਚਿਰਾਗ ਬੁੱਝ ਰਹੇ ਨੇ ਇਹ ਹਰਕਤਾਂ ਕਰਕੇ ਬੜੇ ਕਮੈਂਟ ਇਹ ਵੀ ਆ ਰਹੇ ਸੀਗੇ ਕਿ ਵੀਰੇ ਸਰਕਾਰ ਨੂੰ ਰੇਡ ਮਾਰਨੀ ਚਾਹੀਦੀ ਹੈ ਪੁਲਿਸ ਨੂੰ ਫੜਨਾ ਚਾਹੀਦਾ ਮੈਨੂੰ ਗੱਲ ਦੱਸੋ ਤੁਸੀਂ ਫੋਰਨ ਫੋਰਨ ਕਰਦੇ ਹੋ ਬਾਹਰਲੀਆਂ ਕੰਟਰੀਆਂ ਦੀਆਂ ਗਾਥਾਂ ਗਾਉਂਦੇ ਹੋ ਉੱਥੇ ਤਾਂ ਕੇਲਿਆਂ ਦੀ ਰੇਹੜੀ ਤੇ ਵੀ ਨਹੀਂ ਬੰਦਾ ਬੈਠਾ ਹੁੰਦਾ ਕਿ ਕੇਲੇ ਆਪਣੇ ਆਪ ਗਿਣਤੀ ਕਰੋ ਉਨੇ ਪੈਸੇ ਉੱਥੇ ਮਸ਼ੀਨ ਚ ਪਾ ਜਾਓ ਤੇ ਕੇਲੇ ਘਰੇ ਲੈ ਜਾਓ ਸਾਡੇ ਇੱਥੇ ਇੰਡੀਆ ਚ ਟਰੱਕ ਉਲਟ ਗਿਆ ਸੀ ਸੇਬਾਂ ਦਾ ਤੇ ਮੈਂ ਕਹਿੰਦਾ ਵੱਡੀ ਵੱਡੀ ਗੱਡੀਆਂ ਵਾਲਿਆਂ ਨੇ ਵੀ ਨਹੀਂ ਛੱਡਿਆ ਹੁਣ ਇਹਦੇ ਚ ਸਰਕਾਰ ਕੀ ਕਰੇ ਟਰੱਕਾਂ ਦੇ ਨਾਲ ਆਰਮੀ ਰੱਖ ਕੇ ਭੇਜੇ ਕਿ ਸੇਬਾਂ ਦੇ ਟਰੱਕਾਂ ਦੇ ਨਾਲ ਕਿ ਲਓ ਵੀ ਆਰਮੀ ਭੇਜੋ ਨਾਲ ਉੱਥੇ ਇੰਡੀਆ ਦਾ ਇਹ ਹਾਲ ਹਰ ਗੱਲ ਤੇ ਦੂਜਿਆਂ ਨੂੰ ਦੋਸ਼ ਲਾਉਣਾ ਬੰਦ ਕਰੋ ਔਰ ਸ਼ੌਂਕ ਦਾ ਨਾਮ ਦੇ ਕੇ ਪਲਾਸਟਿਕ ਡੋਰ ਯੂਜ਼ ਕਰਕੇ ਬਾਈ ਜੀ ਮੈਂ ਇੱਕ ਗੱਲ ਕਹਾਂ ਜੇ ਗੁੱਸਾ ਨਾ ਕਰਿਓ ਸਾਡੇ ਘਰ ਦਾ ਜੀ ਜੇ ਕਿਤੇ ਡੋਰ ਨਾਲ ਉਹਦੀਆਂ ਅੱਖਾਂ ਚਲੀ ਜਾਂ ਗਰਦਨ ਵੱਢੀ ਜਾਵੇ ਤਾਂ ਚੀਕ ਪੈ ਜਾਣੀ ਅੰਦਰੋਂ ਕਿੰਨੀ ਗਾਲ ਤੁਸੀਂ ਕੱਢੋਗੇ ਉਹਨਾਂ ਲੋਕਾਂ ਨੂੰ ਜਿਹੜੇ ਯੂਜ਼ ਕਰਦੇ ਨੇ ਡੋਰਾਂ ਸੋਚੋ ਉਸ ਮਾਂ ਦਾ ਢਿੱਡ ਕਿੰਨੀਆਂ ਬਦਦੁਆਵਾਂ ਦਿੰਦਾ ਹੋਏਗਾ ਜਿਹਦਾ ਪੁੱਤ ਜਵਾਨ ਖੋਲਿਆ ਇਸ ਚਾਈਨਾ ਡੋਰ ਨੇ ਔਰ ਅਸੀਂ ਇੱਕ ਦੋ ਘੰਟਿਆਂ ਦੇ ਸ਼ੌਂਕ ਪੂਰਾ ਕਰਨ ਲਈ ਅਸੀਂ ਇਹ ਡੋਰ ਯੂਜ਼ ਕਰਦੇ ਅਗਰ ਮੇਰੀ ਇਹ ਗੱਲ ਨਾਲ ਐਗਰੀ ਹੋ ਕਮੈਂਟ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਰੀਪੋਸਟ ਕਰੋ